ਤੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹੀ ਬਾਈਬਲ ਦੇ ਵਿੱਚ ਯਾਕੂਬ ਦੀ ਕਿਤਾਬ ਉਸ ਦਾ 4 ਅਧਿਆਇ ਉਸ ਦਾ 3 ਵਚਨ ਇਸ ਤਰ੍ਹਾਂ ਕਹਿੰਦਾ ਹੈ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣੇ ਆ ਭੋਗ ਬਿਲਾਸਾ ਵਿੱਚ ਉਡਾ ਦਿਓ ਬਾਣੀ ਕਹਿੰਦੀ ਹੈ ਤੁਸੀਂ ਮੰਗਦੇ ਬਹੁਤ ਆ ਪਰ ਲੱਭਦਾ ਨਹੀਂ ਆ ਕਿਉਂ ਨਹੀਂ ਲੱਭਦਾ ਕਿਉਂਕਿ ਸਹੀ ਨੀਤ ਦੇ ਨਾਲ ਤੁਸੀਂ ਨਹੀਂ ਮੰਗਦੇ ਤੁਸੀਂ ਮੰਗਦੇ ਆਂ ਦੌਲਤ ਸਿਰਫ ਆਪਣੇ ਪਰਿਵਾਰ ਦੇ ਲਈ ਕਿ ਮੈਂ ਆਪਣੇ ਪਰਿਵਾਰ ਨੂੰ ਖੁਸ਼ ਕਰਨਾ ਆਂ ਆਪਣੇ ਪਰਿਵਾਰ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਆਂ ਮੰਗਦੇ ਹੋਕਾਰਾਂ ਗੱਡੀਆਂ ਕੋਠੀਆਂ ਸਿਰਫ ਦੁਨੀਆ ਦੀਆਂ ਖਵਾਇਸ਼ਾਂ ਸਾਰੀਆਂ ਮੰਗਦੇ ਆਂ ਸਿਰਫ ਆਪਣੇ ਆਪ ਨੂੰ ਸੁੱਖ ਦੇਣ ਦੇ ਲਈ ਮਨੋਰੰਜਨ ਕਰਨ ਦੇ ਲਈ ਤਦ ਨੂੰ ਗਰੀਬਾਂ ਦਾ ਖਿਆਲ ਨਹੀਂ ਆਉਂਦਾ ਜਦੋਂ ਤੁਸੀਂ ਮੰਗਦੇ ਆ ਤਾਂ ਉਹਨਾਂ ਭੁੱਖਿਆਂ ਦਾ ਖਿਆਲ ਨਹੀਂ ਹੁੰਦਾ ਜਿਹੜੇ ਭੁੱਖੇ ਸੌ ਜਾਂਦੇ ਆ ਜਦੋਂ ਤੁਸੀਂ ਪਰਮੇਸ਼ਰ ਤੋਂ ਮੰਗਦੇ ਆ ਕਿਉਂਕਿ ਜੇ ਅਸੀਂ ਮੰਗਦੇ ਆ ਜੇ ਇੱਛਾ ਸਾਡੀ ਪਲੀ ਆ ਜੇ ਨੀਤ ਸਾਡੀ ਸਾਫ਼ ਆ ਤਾਂ ਫੇਰ ਸਾਨੂੰ ਮਿਲਣਾ ਆ ਇੱਛਾ ਭਲੇ ਹੋ ਪਲੀ ਹੋਵੇਗੀ ਤਾਂ ਮਿਲੇਗਾ ਜਿਵੇਂ ਕਿ ਅਸੀਂ ਮੰਗਾਗੇ ਕਿ ਪ੍ਰਭੂ ਸਾਨੂੰ ਦਿਓ ਤਾਂ ਕਿ ਅਸੀਂ ਤੇਰੇ ਤੇਰੀ ਸੇਵਾ ਦੇ ਵਿੱਚ ਖਰਚ ਕਰੀਏ ਕਿ ਪ੍ਰਭੂ ਸਾਨੂੰ ਦਿਓ ਤਾਂ ਕਿ ਅਸੀਂ ਤੇਰੇ ਲੋਕਾਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਸਕੀਏ ਪ੍ਰਭੂ ਸਾਨੂੰ ਦਿਓ ਤਾਂ ਕਿ ਅਸੀਂ ਪ੍ਰਭੂ ਤੇਰੇ ਹੀ ਕੰਮਾਂ ਦੇ ਵਿੱਚ ਖਰਚ ਕਰੀਏ ਤੇ ਅਸੀਂ ਆਪਣੇ ਆਪ ਨੂੰ ਵੀ ਪ੍ਰਭੂ ਤੇਰੇ ਲਈ ਖਰਚ ਕਰਾਂਗੇ ਇਸ ਤਰ੍ਹਾਂ ਮੰਗੋ ਹallelujah ਜੇ ਅਸੀਂ ਮੰਗਦੇ ਹਾਂ ਤਾ ਇਹ ਇਹਦਾ ਮੰਗਦੇ ਆ ਕਿ ਸਾਡੇ ਬੱਚੇ ਸਾਰਾ ਕੁਝ ਹੀ ਉਹ ਦੇਖਣ ਜੋ ਦੁਨੀਆ ਦਾ ਆ ਜੇ ਅਸੀਂ ਮੰਗਦੇ ਆ ਕਿ ਅਸੀਂ ਸਾਰਾ ਕੁਝ ਹੀ ਕਰੀਏ ਜੋ ਦੁਨੀਆ ਦੇ ਵਿੱਚ ਆ ਜੋ ਹੋ ਰਿਹਾ ਜੋ ਚੱਲ ਰਿਹਾ ਸਾਰਾ ਕੁਝ ਦੇਖੀਏ ਸਾਰਾ ਕੁਝ ਸੁਣੀਏ ਤਾਂ ਪ੍ਰਭੂ ਵੀ ਕਿੱਦਾਂ ਤੁਹਾਡੀ ਮੰਗ ਨੂੰ ਪੂਰਾ ਕਰੇਗਾ ਪ੍ਰਭੂ ਨੇ ਅਜੇ ਹੀ ਮੰਗ ਨੂੰ ਨਹੀਂ ਪੂਰਾ ਕਰਨਾ ਲਿਖਿਆ ਹੈ ਤੁਸੀਂ ਮੰਗਦੇ ਹੋ ਪਰ ਲੱਭਦਾ ਨਹੀਂ ਕਿਉਂ ਜੋ ਬਦਨੀਤੀ ਨਾਲ ਮੰਗਦੇ ਹੋ ਭਈ ਆਪਣੇ ਆ ਭੋਗ ਵਿਲਾਸਾਂ ਵਿੱਚ ਉਡਾ ਦਿਓ ਪਰਮੇਸ਼ਰ ਦੇ ਪਿਆਰੇ ਲੋਕੋ ਉਹਦੀ ਇੱਛਾ ਦੇ ਅਨੁਸਾਰ ਮੰਗੋ ਤੁਹਾਨੂੰ ਮਿਲੇਗਾ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਮੰਗੋ ਤੁਸੀਂ ਪਾਓਗੇ ਪਲੀ ਇਸ਼ਾ ਹੀ ਆ ਕਿ ਪ੍ਰਭੂ ਤੁਸੀਂ ਜੋ ਵੀ ਸਾਨੂੰ ਦਿਓ ਜਿਸ ਚੀਜ਼ ਦੀ ਲੋੜ ਆ ਤੁਸੀਂ ਪਰਮੇਸ਼ਰ ਤੋਂ ਮੰਗੋ ਕਿ ਪ੍ਰਭੂ ਤੁਸੀਂ ਮੈਨੂੰ ਦਿਓ ਤੇ ਨਾਲ ਅਜਿਹੀ ਸਮਝ ਦਿਓ ਕਿ ਉਸ ਨੂੰ ਮੈਂ ਗਲਤ ਯੋਜਨਾ ਨਾ ਕਰਾਂ ਗਲਤ ਪਾਸੇ ਖਰਚ ਨਾ ਕਰਾਂ ਹਾਲੇਲੂਇਆ ਸੋ ਇਸ ਤਰ੍ਹਾਂ ਪਰਮੇਸ਼ਰ ਵਿੱਚ ਤੁਸੀਂ ਮੰਗੋ ਲੋੜਾਂ ਸਾਰਿਆਂ ਦੀਆਂ ਅਸੀਂ ਪ੍ਰਭੂ ਤੁਸੀਂ ਮੰਗਣਾ ਹੈ ਸਾਡਾ ਪਰਮੇਸ਼ਰ ਉਹ ਹੈ ਜੇ ਅਸੀਂ ਪਰਮੇਸ਼ਰ ਤੋਂ ਮੰਗਦੇ ਹਾਂ ਤਾਂ ਬਿਲਕੁਲ ਨੀਤ ਸਾਡੀ ਸਾਫ਼ ਹੋਣੀ ਚਾਹੀਦੀ ਹੈ ਮੰਗਣ ਲੱਗੇ ਬਦਨੀਤੀ ਨਹੀਂ ਹੋਣੀ ਚਾਹੀਦੀ ਇਦਾਂ ਨਹੀਂ ਹੋਣਾ ਚਾਹੀਦਾ ਕਿ ਅਸੀਂ ਪਰਮੇਸ਼ਵਰ ਤੋਂ ਮੰਗੀਏ ਸਿਰਫ ਆਪਣੇ ਆਪਣੇ ਸਵਾਰਥ ਲਈ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਹallelujah ਮੈਂ ਵਿਸ਼ਵਾਸ ਕਰਦਾ ਕਿ ਜਿੰਨਾਂ ਨੇ ਇਸ ਆਇਤ ਨੂੰ ਸੁਣਿਆ ਹੈ ਉਹਨਾਂ ਸਾਰਿਆਂ ਨੇ ਬਰਕਤ ਪਾਈ ਹੈ ਔਰ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਵਚਨ ਗਿਆ ਹੈ ਹallelujah ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ